ਤੁਹਾਨੂੰ ਇਹ ਲੱਗਦਾ ਕਿ ਜਿਹੜਾ ਜਦੋਂ ਮੋਦੀ ਸਰਕਾਰ ਆਈ ਸੀ 2019 14 ਤੋਂ ਸ਼ੁਰੂਆਤ ਹੋਈ 19 ਤੱਕ ਜਿਹੜੇ ਪਿਛਲੇ 10 ਸਾਲਾਂ ਦੇ ਵਿੱਚ ਵਾਅਦੇ ਹੋਏ ਸੀ ਉਹ ਸਾਰੇ ਪੂਰੇ ਕੀਤੇ ਗਏ? ਇਹੀ ਤਾਂ ਗੱਲ ਆ ਵੀ ਮੈਂ ਜਿਹੜੀ ਤੁਸੀਂ ਕਹਿ ਰਹੇ ਹੋ ਨਾ, ਇਹੀ ਚੀਜ਼ਾਂ ਮੈਂ 10 ਸਾਲ 'ਚ ਦੇਖੀਆਂ। ਇੱਥੇ ਕਹਿ ਤਾਂ ਅਸੀਂ ਕਾਂਗਰਸ 'ਚ ਸੀ ਕਿ ਘਰ ਘਰ ਨੌਕਰੀ, ਹੁਣ ਕਹਿ ਤਾਂ 1-1 ਹਜ਼ਾਰ ਰੁਪਈਆ, 2500, 1000 ਜਿਹੜੀ ਆ ਉਹ ਸ਼ਗਨ ਸਕੀਮ, ਇੱਕ ਵੀ ਨਹੀਂ ਪੂਰੀ। ਉਹਨਾਂ ਨੇ ਛੋਟਾ ਸਿਲੰਡਰ ਅਜੇ ਘਰੇ ਪਹੁੰਚਣਾ ਹੈ, ਹਰ ਦੇ ਸਿਲੰਡਰ ਪਹੁੰਚਿਆ, 331 ਰੁਪਏ ਆ ਜਿਹੜੇ ਹਰ ਮਹੀਨੇ ਸਿਲੰਡਰ ਲਓ ਅਤੇ ਉਹ 'ਚੋਂ ਆਪਣੇ ਆਪ ਹੀ ਤੁਹਾਡੇ ਖਾਤੇ 'ਚ ਪਹੁੰਚ ਜਾਣੇ ਆ। ਜੇ ਕਿਸੇ ਨੇ ਛੋਟੇ, ਜੇ ਕਿਸੇ ਨੇ ਕੋਈ ਪਲੰਬਰ ਦਾ ਕੰਮ ਕਰਨਾ, ਜੇ ਕਿਸੇ ਨੇ ਬੁਟੀਕ ਦਾ ਕਰਨਾ, ਕਿਸੇ ਨੇ ਕੋਈ ਆਪਣਾ ਕੋਈ ਵੀ ਛੋਟੀ, ਪਹਿਲਾਂ ਟ੍ਰੇਨਿੰਗ ਮੁਫਤ, ਫਿਰ 1 ਲੱਖ ਰੁਪਈਆ ਨਾਲ ਹੀ ਭਾਈਆ ਲੈ, ਇਹਨਾਂ ਆਪਣਾ ਕੰਮ ਸ਼ੁਰੂ ਕਰੀ। ਇਹ ਨਹੀਂ ਵੀ ਬਹੁਤ ਕਰੋੜਾਂ ਦਾ ਦੇ ਕੇ ਉਹਦੇ ਬੋਝ ਚੜਾ ਦਿਓ, 1 ਲੱਖ ਲਿਆ, ਜਿਹਨੇ ਸਿਆਣਾ, ਜਿਹਨੇ ਕਾਮਯਾਬ ਹੁਣ ਉਹਨੇ 1 ਲੱਖ 'ਚ ਲੱਖਾਂ ਬਣਾ ਲੈਣੇ। ਪਰ ਇੱਕ ਜਿਹੜਾ ਤੁਹਾਡੇ ਵਿਰੋਧੀ ਸਵਾਲ ਚੁੱਕਦੇ, ਉਹ ਕਹਿੰਦੇ ਨੇ 2 ਕਰੋੜ ਨੌਕਰੀਆਂ ਇਹਨਾਂ ਨੇ ਕਹੀਆਂ ਸੀਗੀਆਂ, ਇਹ ਕਹਿੰਦੇ ਨੇ ਗੈਸ ਸਿਲੰਡਰ ਦੀ ਜਦੋਂ ਕੀਮਤ ਵੱਧਦੀ ਸੀ ਉਦੋਂ ਵਿਰੋਧ ਕਰਦੇ ਸੀ, ਅੱਜ ਗੈਸ ਸਿਲੰਡਰ ਦੀ ਕੀਮਤ ਦੇਖ ਲਓ, ਪੈਟਰੋਲ ਡੀਜ਼ਲ ਦੀਆਂ ਉਹ ਕਹਿੰਦੇ ਕੀਮਤਾਂ ਦੇਖ ਲਓ, ਰਾਹੁਲ ਗਾਂਧੀ ਹੁਣੇ ਜਾਂ ਹੋਰ ਜਿਹੜੇ ਵੀ ਵਿਰੋਧੀ ਨੇ ਤੁਹਾਡੇ, ਉਹ ਕਹਿੰਦੇ ਨੇ ਕਿ ਦੇਖੋ ਬੀਜੇਪੀ ਨੇ ਸਿਰਫ 2-4 ਜਿਹੜੇ ਵੱਡੇ ਵਿੱਚ ਸਾਰਾ ਕਾਰੋਬਾਰ ਕੋਈ ਰੱਟਾ ਹੈ, ਅਮਾਨੀ ਉਡਾਨੀ 10 ਸਾਲ ਹੋ ਗਏ ਕਰੀ ਜਾਂਦੇ, ਕੋਈ ਲੋਕਾਂ 'ਤੇ ਕਿਸੇ 'ਤੇ ਕੋਈ ਅਸਰ ਪਿਆ ਉਸ ਗੱਲ, ਲੋਕਾਂ 'ਤੇ ਕੋਈ ਫਰਕ ਪਿਆ? ਅਰੇ ਬਈ ਉਹ ਨੌਕਰੀਆਂ ਦਿੰਦੇ ਆ, ਉਹ ਰੋਜ਼ਗਾਰ ਦਿੰਦੇ ਆ, ਉਹ ਏਜੰਸੀਆਂ ਦਿੰਦੇ ਆ, ਉਹ ਕੰਮ ਦਿੰਦੇ ਆ, ਕਿਸੇ ਨੂੰ ਪੁੱਛ ਕੇ ਤਾਂ ਦੇਖੋ। ਹਾਂ, ਸਿਲੰਡਰ ਦੀ ਜਿਹੜੀ ਗੱਲ ਕੀਤੀ ਆ, ਜਦੋਂ ਵੀ ਜੋ ਕੀਮਤਾਂ ਮਿਲਦੀਆਂ ਏ ਉਹ 'ਚ ਇਹ ਨਹੀਂ ਕਰਦੇ ਉਹ ਵੀ ਲੋਕਾਂ ਨੂੰ ਅਸੀਂ ਸਰਕਾਰ ਦਾ ਕਚੂੰਬਰ ਕੱਢ ਕੇ ਵੀ ਸਸਤੀ ਚੀਜ਼ ਦਈਏ ਪਰ ਜਿਹੜੇ ਡਿਵੈਲਪਮੈਂਟ ਦੇ ਕੰਮ ਉਹ ਰੁਕ ਜਾਣ। ਜੇ ਤੁਸੀਂ 1 ਲੱਖ ਰੁਪਈਆ, 1 ਲੱਖ ਕਰੋੜ ਰੁਪਈਆ ਲੋਕਾਂ ਨੂੰ ਸਿਲੰਡਰ 'ਚ ਵੀ ਨਾ ਜੀ ਇਹ 100 ਰੁਪਈਆ ਨਾ ਵੱਧ ਜੇ, ਫਿਰ ਕਿੱਥੋਂ ਸੜਕਾਂ ਬਣਾਵਾਂਗੇ ਜਿਹੜੇ ਇੰਨੇ ਨੇ ਹਾਈਵੇ ਬਣੇ ਹੋਏ, ਕਿੱਥੋਂ ਜਿਹੜੀਆਂ ਟ੍ਰੇਨਾਂ ਚੱਲ ਰਹੀਆਂ ਨਵੀਆਂ ਰੋਜ਼ ਉਹ ਕਿੱਥੋਂ ਚਲਾਓਗੇ, ਕਿੱਥੋਂ ਏਅਰਪੋਰਟ ਬਣਾਓਗੇ, ਕਿੱਥੋਂ ਤਰੱਕੀ ਕਰੋਗੇ? ਹਾਂ, ਤੇਲ ਇਹ ਐਂ ਕਰਦੇ ਸੀ, ਜਦੋਂ ਤੇਲ ਦਾ ਰੇਟ ਸੀ ਉਦੋਂ ਲੋਕਾਂ ਨੂੰ ਕਹਿ ਦੇਣਾ ਜੀ 5 ਰੁਪਏ ਅਸੀਂ ਸਸਤਾ ਕਰਤਾ। ਸਸਤਾ ਜ਼ਰੂਰ ਹੋਜੂ, ਸਰਕਾਰ ਦੇ ਖਜ਼ਾਨੇ 'ਚੋਂ ਹੀ ਪੈਸੇ ਜਾਣੇ ਆ ਨਾ, ਉਹ ਪੱਠਾ ਐਸਾ ਦੇਸ਼ ਦਾ ਬੈਠਾ ਅਤੇ ਉਹ ਥੱਲੇ ਹੀ ਥੱਲੇ ਗਿਆ। ਅਤੇ ਇਸ ਕਰਕੇ ਇਹੀ ਫਰਕ ਆ ਵੀ ਉਹ ਝੂਠੀਆਂ ਗੱਲਾਂ ਨਹੀਂ ਕਰਦੇ ਵੀ ਪਿੱਛੋਂ ਕੁਛ ਦਿਖਾ ਕੇ ਵੀ ਲਾਓ ਜੀ 2 ਰੁਪਏ ਸੁਣ ਚੀਜ਼ ਸਸਤੀ ਕਰਤੀ, ਪਰ ਐਸੀ ਤੈਸੀ ਜਿਹੜੀ ਦੇਸ਼ ਦੀ ਫਾਊਂਡੇਸ਼ਨ ਆ, ਜਿਹੜੀ ਨੀਂਹ ਆ, ਉਹ ਖੋਖਲੀ ਕਰਤੀ। ਇਹ ਨੀਂਹ ਨੂੰ ਪੱਕੀ ਕਰਦੇ ਆ, ਉੱਤੇ ਆਪਣੇ ਆਪ ਫਿਰ ਸੰਭਾਲ ਲੈਣਗੇ। ਜੇ ਤੁਹਾਡਾ ਕੋਈ ਤੁਹਾਨੂੰ ਕੋਈ ਤੁਹਾਡਾ ਕੰਮ ਵੱਧ ਜੂਗਾ, ਤੁਹਾਡਾ ਕੋਈ ਕਾਰੋਬਾਰ ਵੱਧ ਜੂਗਾ, ਤੁਸੀਂ ਡੀਜ਼ਲ ਪੈਟਰੋਲ ਵੀ ਪਵਾ ਲਓਗੇ, ਤੁਸੀਂ ਟੋਲ ਦੇ ਪੈਸੇ ਵੀ ਦੇ ਲਓਗੇ, ਤੁਸੀਂ ਸਿਲੰਡਰ ਵੀ ਲੈ ਲਓਗੇ। ਪਰ ਜੇ ਕੁਛ ਸੜਕੀ ਨਾ ਹੋਈ, ਇੱਕ ਗੱਡੀ ਤੁਹਾਡੀ ਜਾਂਦੀ ਆ ਤੇ ਉਹਦੇ 'ਚ ਐਡੇ ਟੋਹੇ ਸੜਕ 'ਚ ਹੁਣ ਉਹ ਟਾਇਰ ਵੀ ਖਾਜੂ, ਉਹ ਤੁਹਾਡੀ ਗੱਡੀ ਵੀ ਤੋੜ ਦੂ। ਜੇ ਗੱਡੀ ਸੇਫ ਆ ਤੇ 100 ਰੁਪਏ ਦਾ ਤੇਲ ਪਵਾ ਕੇ ਮਹਿੰਗਾ ਬਚਤ ਹੋ ਜੂਗੀ, 5 ਲੱਖ ਦਾ ਨੁਕਸਾਨ ਨਹੀਂ ਹੋਊਗਾ। ਇੱਕ ਅਟਾਰੀ ਵਾਹਗਾ ਬਾਰਡਰ ਜ਼ਰੀਏ ਪਾਕਿਸਤਾਨ ਨਾਲ ਵਪਾਰ ਦੇ ਤੁਸੀਂ ਹੱਕ 'ਚੋਂ ਬਹੁਤ ਤੁਸੀਂ ਵੱਡੀ ਗੱਲ ਕੀਤੀ ਆ। ਇਹਦੇ ਲਈ ਪਹਿਲੇ ਦਿਨਾਂ 'ਚ, ਪਹਿਲੇ 6 ਮਹੀਨੇ ਸਾਲ 'ਚ ਉਹ ਪਹਿਲਕਦਮੀ ਆ ਜਿਹੜੀ ਇਹ 'ਚ ਹੋਊਗੀ, ਉੱਧਰ ਹਾਈਵੇ ਸੜਕਾਂ ਬਣਨ ਵੀ ਲੱਗ ਗਈਆਂ, ਤੁਸੀਂ ਜਾ ਕੇ ਕਦੇ ਦੇਖਿਓ। ਬੀਜੇਪੀ ਦੀ ਲੀਡਰਸ਼ਿਪ ਇਸ ਨੂੰ ਲੈ ਕੇ ਗੰਭੀਰ ਹੈ? ਮੈਂ ਕਿਹਾ ਤਿਆਰੀ ਵੀ ਕਰਤੀ, ਇਹ ਤਾਂ ਦਿਨ ਬਸ ਅਗਲੀ ਸਰਕਾਰ ਦੇ ਦੌਰਾਨ ਖੁੱਲ੍ਹ ਜੂਗਾ। ਇਹ ਸਾਰੇ ਜਿਹੜੇ ਹਾਈਵੇ ਨੇ ਉਸ ਤਰੀਕੇ ਨਾਲ ਜਾਣ ਵਾਲੇ, ਉਹ ਗਡਕਰੀ ਸਾਹਿਬ ਨੇ ਕੰਪਲੀਟ ਕਰਤੇ, ਇਹ ਤਾਂ ਸਾਲ 'ਚ ਮੇਰੀ ਖਿਆਲ ਨਾਲ ਇਹ ਕੰਮ ਪੂਰਾ ਹੋ ਜਾਏਗਾ ਅਤੇ ਇੱਧਰੋਂ ਟ੍ਰੇਡ ਆ ਜਿਹੜਾ ਉਹ ਖੁੱਲ੍ਹ ਜੂ। ਇਹ ਕਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ, ਬੀਜੇਪੀ ਦੀ ਤਮਾਮ ਲੀਡਰਸ਼ਿਪ ਕਹਿੰਦੀ ਹੈ ਕਿ ਸਿੱਖਾਂ ਲਈ ਕੀਤੇ ਬਹੁਤ ਸਾਰੇ ਕੰਮਾਂ 'ਚ ਇਹ ਵੀ ਇੱਕ ਵੱਡਾ ਕੰਮ ਸੀ। ਮੇਰਾ ਸਵਾਲ ਇਹ ਹੈ ਕਿ ਕੀ ਤੁਹਾਨੂੰ ਲੱਗਦਾ ਕਿ ਜੇ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਕਾਂਗਰਸ ਦੀ ਸਰਕਾਰ 'ਚ ਕੰਮ ਕਦੇ ਨਹੀਂ ਸੀ ਹੋ ਸਕਦਾ? ਕਾਂਗਰਸ ਕਦੇ, ਇਹ ਤਾਂ ਮੈਂ ਹੁਣ ਐਵੇਂ ਨਿੰਦਾ ਵਾਂ, ਕਾਂਗਰਸ ਇਸ ਦੇ ਪੱਖ ਵਿੱਚ ਨਹੀਂ ਸੀ ਕਦੇ ਵੀ ਕਿ ਖੁੱਲ੍ਹੇ, ਸੋਚ ਹੀ ਨਹੀਂ ਸੀ, ਇਹ ਨਹੀਂ ਗੱਲ। ਪਰ ਦੂਜੀ ਗੱਲ, ਇਹ ਚੀਜ਼ਾਂ ਨੇ ਜਿਹੜੀਆਂ ਇਹ ਸੋਚ ਨਾਲ ਜਾਂ
ਇਹ ਗੁਰੂ ਕਿਰਪਾ ਨਾਲ ਹੁੰਦੀਆਂ। ਜੇ ਗੁਰੂ ਨਾਨਕ ਦੇਵ ਜੀ ਦੀ ਇਹ ਕਿਰਪਾ ਸੀ ਮੋਦੀ ਜੀ 'ਤੇ ਵੀ ਇਹ ਕਰਤਾਰਪੁਰ ਸਾਹਿਬ ਲਾਂਘਾ ਨਹੀਂ, ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਆ, ਪੈਰ ਨਹੀਂ ਰੱਖਣ ਦਿੰਦਾ ਕਿਸੇ ਨੂੰ, ਉਹ ਅੱਜ ਕੋਰੀਡੋਰ ਖੁੱਲ੍ਹਾ, ਦੁਨੀਆਂ ਆਉਂਦੀ ਆ ਸਾਰੀ ਗੁਰੂ ਨਾਨਕ ਦੇਵ ਜੀ ਨੂੰ ਚਾਹੁਣ ਵਾਲੇ, ਚਾਹੇ ਉਹ ਸਿੱਖ ਨੇ, ਚਾਹੇ ਕੋਈ ਹੋਰ ਮਜ਼ਹਬ ਦੇ ਆ, ਚਾਹੇ ਵਿਦੇਸ਼ਾਂ 'ਚ। ਸਵੇਰੇ ਜਾਓ ਉੱਥੋਂ ਝੋਲੀਆਂ ਭਰ ਕੇ, ਜਿੱਥੇ 18 ਸਾਲ ਗੁਰੂ ਨਾਨਕ ਦੇਵ ਜੀ ਰਹੇ, ਝੋਲੀਆਂ ਭਰ ਕੇ ਉੱਥੋਂ ਵਾਪਸ ਲਿਜਾਓ। ਇਹ ਕੋਰੀਡੋਰ ਬਣਾਉਣਾ ਇਹ ਕਿਤੇ ਛੋਟੀ ਗੱਲ ਆ, ਇਹ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਹੀ ਹੋਇਆ, ਇਹ ਆਮ ਨਹੀਂ ਇਨਸਾਨ। ਫਿਰ ਸਾਹਿਬਜ਼ਾਦਿਆਂ ਦੀ ਕਿਰਪਾ ਉਹਨਾਂ ਦੀ ਹੋਈ, ਕਦੇ ਨਹੀਂ ਸੋਚਿਆ ਸੀ ਕਿਸੇ ਨੇ 4 ਸਾਹਿਬਜ਼ਾਦਿਆਂ ਦਾ ਵੀਰ ਬਾਲ ਦਿਵਸ ਮਨਾਉਣਾ। ਦੁਨੀਆਂ 'ਚ ਹਰ ਅੰਬੈਸੀ 'ਚ ਮਨਾਇਆ ਜਾਂਦਾ, ਹਰ ਜਗ੍ਹਾ ਕੰਪੀਟੀਸ਼ਨ ਹੁੰਦੇ ਆ, ਉੱਦਣ ਕੁਇਜ਼ ਕੰਪੀਟੀਸ਼ਨ ਹਰ ਦੇਸ਼ ਦੇ, ਇਕੱਲਾ ਪੰਜਾਬ ਨਹੀਂ, ਹਰ ਦੇਸ਼ ਦੇ ਸਕੂਲ ਕਾਲਜ 'ਚ ਕੰਪੀਟੀਸ਼ਨ ਹੁੰਦੇ ਆ, ਕੁਇਜ਼ ਕੰਪੀਟੀਸ਼ਨ ਹੁੰਦੇ ਆ, ਉਹਨਾਂ ਦੇ ਨਾਂ ਬਾਰੇ, ਉਹਨਾਂ ਦੇ ਜਨਮ ਕਦ ਹੋਏ, ਉਹਨਾਂ ਦੀਆਂ ਤਸਵੀਰਾਂ ਬਣਾਉਣ ਬਾਰੇ, ਉਹਦਾ ਹਰ ਦੇ ਦਿਲ 'ਚ ਮੋਦੀ ਸਾਹਿਬ ਨੇ ਬਿਠਾ ਤੇ ਸਾਹਿਬਜ਼ਾਦੇ ਅਤੇ ਗੁਰੂ ਸਾਡੇ। ਇੱਕ ਆਖਰੀ ਸਵਾਲ, ਕਦੇ ਤੁਸੀਂ ਕਿਹਾ ਕਿ ਬਹੁਤ ਨੇੜਤਾ ਰਹੀ ਆ ਤੁਹਾਡੀ ਪ੍ਰਧਾਨ ਮੰਤਰੀ ਨਾਲ ਵੀ, ਕੇਂਦਰੀ ਗ੍ਰਹਿ ਮੰਤਰੀ ਨਾਲ ਵੀ, ਪੰਜਾਬ ਨੂੰ ਲੈ ਕੇ ਜਦੋਂ ਕੋਈ ਗੱਲਬਾਤ ਹੁੰਦੀ ਸੀ, ਕੀ ਉਹਨਾਂ ਦਾ ਕਹਿਣਾ ਸੀ ਪੰਜਾਬ ਨੂੰ ਲੈ ਕੇ, ਪੰਜਾਬ ਬਾਰੇ ਕੀ ਉਹਨਾਂ ਦੇ ਵਿਚਾਰ ਸੀ? ਬਹੁਤ ਸਾਰੀਆਂ ਵੱਡੀਆਂ ਪੰਜਾਬ ਦੇ ਵਿੱਚ ਇਸ ਵੇਲੇ ਸਮੱਸਿਆਵਾਂ ਨੇ ਜਿਹਨਾਂ 'ਚ ਲੰਘ ਰਿਹਾ ਪੰਜਾਬ। ਇੱਕ ਉਦਾਹਰਨ ਦੇ ਤੌਰ 'ਤੇ ਇੱਜ਼ਤ ਮੈਂ ਕਹਿੰਦਾ, ਮੈਂ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਗਿਆ ਜੀ, ਮਿਲਦੇ ਤਾਂ ਰਹੇ, ਉਦਣ ਉਹ ਕੁਰਸੀ 'ਤੇ ਬੈਠੇ ਸੀ, ਅਤੇ ਮੈਂ ਜਦੋਂ ਇਹ ਪਾਰਲੀਮੈਂਟ 'ਚ ਮੈਂ ਕੁਰਸੀ 'ਤੇ ਉਹਨਾਂ ਦੇ ਪੈਰੀਂ ਹੱਥ ਲਾਉਣ ਲੱਗਿਆ, ਅਤੇ ਇੱਕਦਮ ਉੱਠ ਕੇ ਮੇਰਾ ਹੱਥ ਫੜ ਲਿਆ। ਉਹ ਕਹਿੰਦੇ, ਸਰਦਾਰ ਕਵੀ ਜੁਗਤਾ ਨਹੀਂ, ਇਹ 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 ਸੋਚ ਆ ਉਹਨਾਂ ਦੀ ਪੰਜਾਬ ਬਾਰੇ, ਵੀ ਹੱਥ ਮਿਲਾਓ, ਕਦੇ ਪੱਗ ਵਾਲਾ ਬੰਦਾ ਪੈਰ ਹੀ ਹੱਥ ਝੁਕਣਾ ਨਹੀਂ, ਮਤਲਬ ਇੱਜ਼ਤ ਇੱਕ ਨਹੀਂ, ਬਜ਼ੁਰਗ 'ਤੇ ਤਾਂ ਪੈਰੀਂ ਹੱਥ ਲਾਈ, ਆਪਾਂ ਸਰਦਾਰ ਵੀ ਲਾਉਣੇ ਹੀ ਆ। ਦੂਜੀ ਗੱਲ, ਉਹਨਾਂ ਨੂੰ ਇਹ ਕੋਈ ਬੜੀ ਕਲੈਰਿਟੀ ਆ ਵੀ ਜੇ ਅਸੀਂ ਦੇਸ਼ ਬਚਾਉਣਾ ਤਾਂ ਉਹ ਪੰਜਾਬ ਸਾਡੇ ਜਿੰਨਾ ਚਿਰ ਨਾਲ ਪੰਜਾਬ ਖੜ੍ਹਾ ਏ ਤਾਂ ਦੇਸ਼ ਬਚਿਆ ਹੋਇਆ। ਇਸ ਕਰਕੇ ਬਹੁਤ ਕੁਛ ਕਰਨਾ ਚਾਹੁੰਦੇ, ਇਹੀ ਤਾਂ ਹੀ ਤਾਂ ਫਿਰੋਜ਼ਪੁਰ ਜਾ ਕੇ ਇੱਕ ਇੱਕ ਗੱਲ, ਹੈਲੀਕਾਪਟਰ ਨਹੀਂ ਚੜ੍ਹ ਰਿਹਾ ਸੀ, ਜਹਾਜ਼ ਨਹੀਂ ਚੜ੍ਹ ਰਿਹਾ ਸੀ, ਗੱਡੀ 'ਚ ਤੁਰ ਪਏ ਵੀ ਮੈਂ ਅਨਾਊਂਸਮੈਂਟਾਂ ਕਰਨੀਆਂ। ਉਹ ਅਨਾਊਂਸਮੈਂਟਾਂ ਨਹੀਂ ਹੋਣ ਦਿੱਤੀਆਂ, ਉਹ ਅਨਾਊਂਸਮੈਂਟਾਂ 'ਚ ਇੰਨੀ ਛੋਟੀ ਗੱਲ ਵੀ ਸੀ ਜਿਹੜੀ ਕਿ ਛੋਟੀ ਨਹੀਂ, ਬਹੁਤ ਬੜੀ ਗੱਲ ਸੀ। ਜਿਹੜੇ ਸਾਡੇ ਫੌਜੀ ਜਿਹੜੇ ਉਦੋਂ ਧਰਮੀ ਫੌਜੀ ਹੋ ਗਏ ਸੀ ਜਦੋਂ ਬਲਿਊ ਸਟਾਰ ਹੋਇਆ ਸੀ, ਉਹਨਾਂ ਦੀ ਵੀ ਸੋਚ ਸੀ, ਉਹਨਾਂ ਦੇ ਲਿਖਿਆ ਵੀ ਧਰਮੀ ਫੌਜੀਆਂ ਨੂੰ ਉਸੇ ਤਰੀਕੇ ਨਾਲ ਉਹਨਾਂ ਦੀ ਰੈਂਕ, ਉਸੇ ਤਰੀਕੇ ਨਾਲ ਉਹਨਾਂ ਦੇ ਰੋਕੇ ਹੋਏ ਪੈਸੇ, ਤਨਖਾਹ, ਪੈਨਸ਼ਨ, ਉਹ ਵੀ ਉਹਨਾਂ ਨੇ ਉਦਣ ਆ ਕੇ ਅਨਾਊਂਸ ਕਰਨੀ ਸੀ। ਹੁਣ ਕਰਨਗੇ, ਹੁਣ ਆਪ ਲੁਧਿਆਣੇ ਆ ਕੇ ਗੱਲਾਂ ਕਰਨਗੇ। ਉਹ ਗੁਰੂ ਨਾਨਕ ਦੇਵ ਜੀ 'ਤੇ ਸਭ ਤੋਂ ਵੱਡਾ ਮਿਊਜ਼ੀਅਮ ਉਹਨਾਂ ਨੇ ਵਰਲਡ ਦਾ ਬਣਾਉਣਾ ਸੀ ਦੇਸ਼ ਦਾ, ਇਹ ਇਹੋ ਜਿਹੇ ਸੁਪਨੇ ਸੀ। ਅਤੇ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ ਦਿੱਲੀ, ਉਹਦਾ ਨਾਂ ਵੀ ਗੁਰੂਆਂ ਦੇ ਨਾਂ 'ਤੇ ਰੱਖਣਾ, ਇਹ ਤੁਸੀਂ ਦੇਖ ਲਿਓ।